ਸਾਬ ਜੀ ਦੀ ਅਗਵਾਈ ਵਿੱਚ ਲੱਗੇ ਕੌਮੀ ਇਨਸਾਫ ਮੋਰਚੇ ਵਿੱਚ ਪਹੁੰਚੇ ਗੁਰੂ ਰੂਪ ਖਾਲਸਾ ਜੀ ਸਭ ਤੋਂ ਪਹਿਲਾਂ ਦਾਸ ਆਪਣੇ ਵੱਲੋਂ ਤੇ ਜਹੇਦਾਰ ਜਗਤਾਰ ਸਿੰਘ ਹਵਾਰਾ ਵੱਲੋਂ ਬਲਾਈ ਫਤਿਹ ਅਰਜ਼ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 7 ਜਨਵਰੀ ਤੋਂ ਕੌਮੀ ਮੁੱਦਿਆਂ ਨੂੰ ਲੈ ਕੇ ਜੋ ਕੌਮੀ ਇਨਸਾਫ ਮੋਰਚਾ ਚੰਡੀਗੜ੍ਹ ਦੇ ਬਾਡਰਾਂ ਤੇ ਲੱਗਿਆ ਕਿਉਂਕਿ ਸਰਕਾਰਾਂ ਸਾਨੂੰ ਇਨਸਾਫ ਦੇਣ ਲਈ ਤਿਆਰ ਨਹੀਂ 2015 ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਉਸ ਬੇਅਦਬੀ ਦੇ ਰੋਸ ਵਿੱਚੋਂ ਸੰਗਤਾਂ ਨੇ ਕੋਟਕਪੂਰਾ ਤੇ ਬਹਿਬਲ ਕਲਾਂ ਵਿੱਚ ਸ਼ਾਂਤਮਈ ਧਰਨੇ ਦਿੱਤੇ ਪਰੰਤੂ ਮੌਕੇ ਦੀ ਸਰਕਾਰ ਨੇ ਉਹਨਾਂ ਤੇ ਪਾਣੀ ਦੀ ਵਿਛਾੜਾਂ लाਠੀ ਚਾਰਜ ਕਰਕੇ ਗੋਲੀਆਂ ਚਲਾ ਕੇ ਦੋ ਸਿੰਘਾਂ ਨੂੰ ਸ਼ਹੀਦ ਕੀਤਾ ਗਿਆ। ਬੇਆਬਦੀਆਂ ਦਾ ਇਨਸਾਫ ਤਾਂ ਕੀ ਦੇਣਾ ਸੀ ਸਗੋਂ ਉਹਨਾਂ ਬੇਆਬਦੀ ਕਰਨ ਵਾਲੇ ਦੋਸ਼ੀਆਂ ਦਾ ਪੱਖ ਪੂਰਿਆ ਗਿਆ ਸਰਕਾਰਾਂ ਵੱਲੋਂ। ਅੱਜ ਤੱਕ ਉਹਨਾਂ ਸਿੰਘਾਂ ਦਾ ਜਿਹੜੇ ਦੋ ਸਿੰਘ ਸ਼ਹੀਦ ਹੋਏ ਉਹਨਾਂ ਨੂੰ ਸ਼ਹੀਦ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਤੇ ਸਰਕਾਰ ਦੇ ਨੁਮਾਇੰਦਿਆਂ ਤੇ ਕੋਈ ਕੇਸ ਦਰਜ ਨਹੀਂ ਹੋਇਆ। ਸਾਡੇ ਨਾਲ ਕਿੰਨਾ ਤੱਕਾ ਜੇਤ ਸੀ ਪਿਛਲੇ 1984ਵਲ ਝਾਤ ਮਾਰੀਏ ਜਦੋਂ ਸਾਰੇ ਸਾਡੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਰਕਾਰ ਦੀਆਂ ਫੌਜਾਂ ਵੱਲੋਂ ਅਟੈਕ ਕੀਤਾ ਗਿਆ ਉਹਦੇ ਰੋਸ ਵੱਜੋਂ ਭਾਈ ਬਿਆਨਤ ਸਿੰਘ ਭਾਈ ਸਤਵੰਤ ਸਿੰਘ ਨੇ ਉਹ ਹਮਲੇ ਦਾ ਬਦਲਾ ਲੈਣ ਲਈ ਮੌਕੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਗੱਡੀ ਚਾੜਿਆ ਸਾਸ ਰਿਆ ਕਾਲ ਪਰੰਤ ਉਸ ਤੋਂ ਬਾਅਦ ਸਿੱਖਾਂ ਦਾ ਦੇਸ਼ ਤੇ ਵੱਖ-ਵੱਖ ਸ਼ਹਿਰਾਂ ਵਿੱਚ ਜੋ ਕਤਲੇਆਮ ਹੋਇਆ ਅੱਜ ਤੱਕ ਵੀ ਉਸ ਦਾ ਇਨਸਾਫ ਨਹੀਂ ਮਿਲਿਆ ਜਦੋਂ ਕੋਈ ਛੋਟੀ ਘਟਨਾ ਵਾਪਰ ਜਾਂਦੀ ਹੈ ਸਰਕਾਰਾਂ ਸਾਨੂੰ ਅਤਵਾਦੀ ਵੱਖਵਾਦੀ ਖਾਲਸਤਾਨੀ ਇਸ ਤਰ੍ਹਾਂ ਦੇ ਲਫ਼ਜ਼ ਸਾਡੇ ਬਾਹਰ ਵਰਤ ਜੀਆਂ ਪਰੰਤੂ ਉਹਨਾਂ ਨੂੰ ਜਿਨ੍ਹਾਂ ਨੇ ਕਤਲੇਆਮ ਕਰਿਆ ਉਹਨਾਂ ਨੂੰ ਅੱਜ ਤੱਕ ਵੀ ਕੋਈ ਅੱਤਵਾਦੀ ਨਹੀਂ ਕਰਦਾਨਿਆ ਸਰਕਾਰਾਂ ਨੇ ਇਹ ਸਰਕਾਰਾਂ ਦੀ ਘੱਟ ਗਿਣਤੀਆਂ ਪ੍ਰਤੀ ਇਹ ਦੋਹਰਾ ਡੋਗਲਾਪਣ ਸੋ ਅਸੀਂ ਸਰਕਾਰਾਂ ਤੋਂ ਇਨਸਾਫ਼ ਲੈਣ ਲਈ ਜੋ ਮੋਰਚਾ ਲਾਇਆ ਉਸ ਵਿੱਚ ਆਪਣਾ ਫਰਜ਼ ਸਮਝਦੇ ਹੋਏ ਦੂਰ ਦਰਾੜਿਆਂ ਤੋਂ ਵੱਖ-ਵੱਖ ਜਥੇ ਜਥੇਬੰਦੀਆਂ ਦੇ ਰੂਪ ਵਿੱਚ ਤੇ ਨਿੱਜੀ ਰੂਪ ਵਿੱਚ ਹਾਜ਼ਰੀ ਲਵਾ ਰਹੇ ਆਂ ਸਰਕਾਰਾਂ ਦੀਆਂ ਸੁੱਤੀਆਂ ਜ਼ਮੀਰਾਂ ਨੂੰ ਜਗਾਉਣ ਲਈ ਅਸੀਂ 6 ਜਨਵਰੀ ਤੋਂ ਇੱਕ ਸਟੇਜ ਤੋਂ ਪ੍ਰੋਗਰਾਮ ਲਈ ਕਿਹਾ ਕਿ 31 ਸਿੰਘਾਂ ਦਾ ਜਥਾ ਪੇਦਿਆ ਜਾਵੇ ਸੀਐਮ ਦੀ ਕੋਠੀ ਵੱਲ ਪਰੰਤੂ ਪਹਿਲੇ ਦਿਨ ਅਸੀਂ ਪ੍ਰਸ਼ਾਸਨ ਨੂੰ ਇਹ ਦੱਸ ਦਿੱਤਾ ਸੀ ਕਿ ਸਾਡਾ ਜਥਾ ਸ਼ਾਂਤਮਈ ਜਾਵੇਗਾ ਤੇ ਉੱਥੇ ਸਤਨਾਮ ਵਾਹਿਗੁਰੂ ਦਾ ਜਾਪ ਕਰੇਗਾ 2 ਘੰਟੇ ਧਰਨਾ ਦੇਣ ਤੋਂ ਬਾਅਦ ਉਹਦੀ ਸੁੱਤੀ ਜ਼ਮੀਰ ਨੂੰ ਜਗਾਉਣ ਲਈ ਅਰਦਾਸ ਕਰਕੇ ਵਾਪਸ ਹੋਵੇਗਾ ਪਰੰਤੂ 2 ਦਿਨ 36 ਸੈਕਟਰ ਦੇ ਥਾਣੇ ਵਿੱਚ ਜਥੇ ਨੂੰ ਬੰਦ ਕੀਤਾ ਗਿਆ 2 ਘੰਟੇ ਆਪਣੀ ਹਰਾਸਤ ਰੱਖਣ ਤੋਂ ਬਾਅਦ ਉਹਨੂੰ ਰਿਹਾ ਕੀਤਾ ਗਿਆ ਪਰ ਤੀਜੇ ਦਿਨ ਕੌਮੀ ਇਨਸਾਫ਼ ਮੋਰਚੇ ਨੂੰ ਬਦਨਾਮ ਕਰਨ ਲਈ ਸਰਕਾਰ ਨੇ ਇੱਕ ਸਾਜ਼ਿਸ਼ ਕੀਤੀ ਕਿ ਸਾਡੇ ਉਹ ਜਥੇ ਦੇ ਹਮਲਾ ਕਰਾਇਆ ਗਿਆ ਰੋੜੇ ਮਾਰੇਗੇ ਉਹਨਾਂ ਜਿਹੜੇ ਰੋੜੇ ਮਾਰਨ ਵਾਲੇ ਸੀ ਉਹਨਾਂ ਨੂੰ ਕਾਬੂ ਕਰਨ ਦੀ ਬਜਾਏ ਸਰਕਾਰ ਨੇ ਪ੍ਰਸ਼ਾਸਨ ਨੇ ਸਾਡੇ ਜਥੇ ਤੇ ਜਿਸ ਵਿੱਚ ਬਜ਼ੁਰਗ ਬੀਬੀਆਂ ਨੌਜਵਾਨ ਸਨ ਉਹਨਾਂ ਤੇ ਹੀ ਪਾਣੀ ਦੀ ਬਿਚਾਲਾ ਮਾਰੀਆਂ ਤੇ लाठी चार्ज ਕੀਤਾ ਗਿਆ ਇਹ ਇੱਕ ਸਾਜ਼ਿਸ਼ ਸੀ ਕਿ ਇਸ ਜਿਹੜਾ ਮੋਰਚਾ ਇਹਨੂੰ ਬਦਲਾਮ ਕੀਤਾ ਜਾਵੇ ਫਿਰ ਜਿਹਨੂੰ ਅਸੀਂ ਗੋਦੀ মিডিਆ ਕਹਿ ਕੇ ਪੁਕਾਰਦੇ ਆ ਉਹਨੇ ਪੂਰਾ ਜ਼ੋਰ ਲਾਇਆ ਕਿ ਇਹ ਖਾਲਸਤਾਨੀਆਂ ਦਾ ਮੋਰਚਾ ਸਾਡਾ ਪ੍ਰੋਗਰਾਮ ਸ਼ੁਰੂ ਤੋਂ 7 ਮਈ ਹੈ ਸੋ ਅਸੀਂ 7 ਮਈਏ ਜਥੇ ਭੇਜ ਰਹੇ ਹਾਂ ਅੱਜ ਜਿਹੜਾ ਜਥਾ ਜਿਹੜਾ ਬੀਬੀ ਰਜਿੰਦਰ ਕੌਰ ਦੌਣ ਕਲਾ ਤੇ ਵੱਖ-ਵੱਖ ਪਿੰਡਾਂ ਦੀ ਬੀਬੀਆਂ ਵੱਲੋਂ ਸਮੁੱਚੇ ਤੌਰ ਤੇ ਬੀਬੀਆਂ ਦਾ ਜਥਾ ਹੈ ਜਿਹੜਾ ਅੱਜ ਨਿੱਤ ਨੇਮ ਦੀ ਤਰ੍ਹਾਂ ਜਾਵੇਗਾ ਤੇ ਉੱਥੇ ਜਾਪ ਤੇ ਵਿੱਚ ਰਹਿ ਕੇ ਸਤਨਾਮ ਸ੍ਰੀ ਵਾਹਿਗੁਰੂ ਦਾ ਜਾਪ ਕਰਦਾ ਹੋਇਆ ਅਰਦਾਸ ਕਰਕੇ ਵਾਪਸ ਆਵੇਗਾ ਸੋ ਜੇ ਆਪਾਂ ਪ੍ਰਾਤਨ ਇਤਿਹਾਸ ਵੱਲ ਝਾਤ ਮਾਰੀਏ ਬੀਬੀਆਂ ਦਾ ਬਹੁਤ ਵੱਡਾ ਯੋਗਦਾਨ ਹੈ ਸਾਡੇ ਸਿੱਖ ਇਤਿਹਾਸ ਵਿੱਚ ਕਿਉਂਕਿ ਮਾਤਾ ਗੁਜਰ ਕੌਰ ਜੀ ਨੇ ਸਿੱਖਿਆ ਦੇ ਕੇ ਉਹ ਇਤਿਹਾਸ ਸਿਰਜਿਆ ਆਪਣਾ ਪਤੀ ਸ੍ਰੀ ਗੁਰੂ ਤੇਗ ਬਹਾਦਰ ਜੀ ਕੁਰਬਾਨੀ ਲਈ ਵੀ ਭੇਜਿਆ ਆਪਣੇ ਪੁੱਤਰ ਨੂੰ ਕੌਮ ਪਿੱਛੇ ਹਰ ਕੁਰਬਾਨੀ ਕਰਨ ਲਈ ਤਿਆਰ ਕੀਤਾ ਸਹਿਬਜ਼ਾਦਿਆਂ ਨੂੰ ਸੀਧੀਆਂ ਦੇਣ ਵਾਸਤੇ ਉਹ ਉਹਨਾਂ ਨੂੰ ਪਾਠ ਪੜਾਇਆ ਸੋ ਬੀਬੀਆਂ ਦਾ ਬਹੁਤ ਵੱਡਾ ਯੋਗਦਾਨ ਹੈ ਜਿੱਥੇ ਉਹਨਾਂ ਨੇ ਆਪਣੀ ਸਿੱਖਿਆ ਦੇ ਕੇ ਆਪਣੇ ਪਰਿਵਾਰਾਂ ਨੂੰ ਕੌਮ ਦੇ ਲੇਖੇ ਲਾਇਆ ਉੱਥੇ ਬੀਬੀ ਭਾਗ ਕੌਰ ਵਰਗੀਆਂ ਨੇ ਬਰਾਬਰ ਸਿੰਘਾਂ ਦੇ ਜੰਗ ਲੜੀ ਜੋ ਅੱਜ ਤੱਕ ਇਤਿਹਾਸ ਕਾਇਮ ਹੈ ਸੋ ਬੀਬੀਆਂ ਦਾ ਬਹੁਤ ਵੱਡਾ ਯੋਗਦਾਨ ਹੈ ਅਸੀਂ ਆਸ ਕਰਦੇ ਹਾਂ ਕਿ ਇਸ ਕੌਮੀ ਇਨਸਾਫ ਮੋਰਚੇ ਵਿੱਚ ਵੀ ਬੀਬੀਆਂ ਬਹੁਤ ਵੱਡੀ ਪੱਧਰ ਤੇ ਸ਼ਾਮਲ ਹੋਣ ਤਾਂ ਕਿ ਸਰਕਾਰਾਂ ਨੂੰ ਪਤਾ ਲੱਗ ਸਕੇ ਕਿ ਪੰਜਾਬ ਦਾ ਕੀ ਦੇਸ਼ ਵਿਦੇਸ਼ ਦੇ ਬੱਖ-ਬੱਖ ਕੋਨਿਆਂ ਤੋਂ ਸਿੱਖ ਜਾਗ ਚੁੱਕਿਆ ਆਪਣੇ ਹੱਕ ਲੈ ਲਈ। ਸੋ ਜਿੱਥੇ ਮੈਂ ਇਹਲਾ ਬੀਬੀਆਂ ਨੇ ਕਿਸਾਨੀ ਸੰਘਰਸ਼ ਚੱਲਿਆ ਜੋ ਸਰਕਾਰਾਂ ਨੇ ਕਿਸਾਨ ਵਿਰੋਧੀ ਬਿੱਲ ਤਿਆਰ ਕੀਤੇ ਸੀ ਉਹਨਾਂ ਨੂੰ ਖਤਮ ਕਰਾਉਣ ਵਾਸਤੇ ਇਹਲਾ ਬੀਬੀਆਂ ਦਾ ਇਹ ਜਥੇ ਦਾ ਉਸ ਬਹੁਤ ਵੱਡਾ ਯੋਗਦਾਨ ਹੈ। ਜਦੋਂ ਕੋਈ ਵੀ ਇਲਾਕੇ ਵਿੱਚ ਸਰਕਾਰ ਜਨਤਾ ਦੇ ਵਿਰੁੱਧ ਕੋਈ ਫੈਸਲਾ ਲੈਂਦੀ ਆ ਉਹ ਬੀਬੀਆਂ ਇਹ ਡਟ ਕੇ ਮੁਕਾਬਲਾ ਕਰਦੀਆਂ ਆ ਉਹਦਾ ਸੋ ਅਸੀਂ ਆਿਆਂ ਨੂੰ ਇਹਨਾਂ ਨੂੰ ਜੀ ਆਇਆਂ ਕਹਿੰਦੇ ਧੰਨਵਾਦ ਕਰਦੇ ਆ ਆਸ ਕਰਦੇ ਆ ਵੀ ਆਉਣ ਵਾਲੇ ਦਿਨਾਂ ਵਿੱਚ ਇਹ ਵੱਡੇ ਪੱਤਰ ਤੇ ਬੀਬੀਆਂ ਦੇ ਜਥੇ ਲੈ ਕੇ ਇੱਥੇ ਸ਼ਾਮਲ ਹੋਣਗੀਆਂ ਸੋ ਅਸੀਂ ਅੱਜ ਇਸ ਜਥੇ ਨੂੰ ਜਿਹੜਾ ਸਤਨਾਮ ਵਾਹਿਗੁਰੂ ਦਾ ਜਾਪ ਕਰਦਾ ਹੋਇਆ ਇੱਥੇ ਤੋਂ ਰਵਾਨਾ ਹੋਏਗਾ ਸੇਓ ਟੈਸਟ ਜਾਬ ਤੇ ਵਿਚ ਰਹਿ ਕੇ 2 2.5 ਘੰਟੇ ਨਾਮ ਸਿਮਰਨ ਕਰਕੇ ਅਰਦਾਸ ਕਰਕੇ ਵਾਪਸੀ ਕਰੇਗਾ ਅੱਜ ਹੀ ਇਸ 스테ਟ ਤੋਂ ਮੈਂ ਇੱਕ ਹੋਰ ਬੇਨਤੀ ਕਰਨਾ ਸੰਗਤਾਂ ਨੂੰ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਸਾਡੇ ਤੱਕ ਇਤਲਾਹ ਪਹੁੰਚੀ ਹੈ ਕਿ ਜਸਵੰਤ ਜਕਤਾਰ ਸਿੰਘ ਹਵਾਰਾ ਦਾ ਨਾਂ ਲੈ ਕੇ ਕੁਝ ਮਾਇਆ ਇਕੱਠੀ ਕਰਨ ਦੀ ਕੋਸ਼ਿਸ਼ਾਂ ਹੋ ਰਹੀਆਂ ਸੋ ਅਸੀਂ ਸਟੇਜ ਤੋਂ ਉਹਨਾਂ ਨੂੰ ਚੇਤਾਵਨੀ ਦੰਦੇ ਆ ਜਹੇਦਾਰ ਜਗਤਾਰ ਸਿੰਘ ਹਵਾਰਾ ਉਹ ਸਖਸ ਹੈ ਜਦੋਂ ਵੀ ਕੋਈ ਸਰਕਾਰਾਂ ਵੱਲੋਂ ਜਾਂ ਸੰਗਤਾਂ ਵੱਲੋਂ ਉਹਨਾਂ ਨੂੰ ਮਾਇਆ ਦੀ ਆਫਰ ਕੀਤੀ ਗਈ ਅਸੀਂ ਡਟ ਕੇ ਕਹਿ ਸਕਦੇ ਆਂ ਵੀ ਅੱਜ ਤੱਕ ਇੱਕ ਲਮਾ ਪੈਸਾ ਨਹੀਂ ਕਿਸੇ ਤੋਂ ਲਿਆ ਨਿੱਜੀ ਸਵਾਰਥ ਵਾਸਤੇ ਸਗੋਂ ਦਾਸ ਰਾਹੀ ਉਹਨਾਂ ਨੇ ਇਹੀ ਕਹਿਣਾ ਭਈ ਜਿਹੜਾ ਮਾਇਆ ਦੇਣ ਆਇਆ ਉਹਦਾ ਧੰਨਵਾਦ ਕਰ ਦਿਓ ਪਰ ਨਾਲ ਇਹ ਵੀ ਉਹਨੂੰ ਕਹਿ ਦਿਓ ਵੀ ਇਹ ਮਾਇਆ ਕਿਸੇ ਕੌਮੀ ਕਾਰਜ ਵਾਸਤੇ ਵਰਤੀ ਜਾਵੇ। ਸੋ ਇਸ ਤਰ੍ਹਾਂ ਦਾ ਕੋਈ ਗੱਲ ਨਾ ਕੀਤੀ ਜਾਵੇ ਉਹਨਾਂ ਦੇ ਨਾਂ ਤੇ ਕੋਈ ਮਾਇਆ ਇਕੱਠੀ ਕੀਤੀ ਜਾਵੇ। ਸੋ ਹੁਣ ਅਸੀਂ ਜਸੇ ਨੂੰ ਜੈਕਾਰਿਆਂ ਦੇ ਰੂਪ ਵਿੱਚ ਰਵਾਨਗੀ ਕਰਨੀ ਹੈ। ਸੋ ਮੇਰੀ ਬੇਨਤੀ ਹੈ ਜਿਹੜੇ ਵੀ ਸਿਰਖਿਆ ਦਸਤੇ ਦੇ ਤੌਰ ਤੇ ਜਿਹੜਾ ਸੁਰੱਖਿਆ ਦਾਸਤਾ ਨਿੱਤ ਦੀ ਤਰ੍ਹਾਂ ਜਥੇ ਨਾਲ ਜਾਂਦਾ ਉਹ ਜਾਵੇਗਾ ਤੇ ਉੱਥੇ ਜੋ ਲੰਗਰ ਪਾਣੀ ਦੀ ਲੋੜ ਪਵੇਗੀ ਉਸ ਨੂੰ ਪੂਰਾ ਕਰੇਗਾ ਸੋ ਮੇਰੀ ਜਿਹੜੀ ਇਹ ਮਾਇਆ ਬਾਰੇ ਬੇਨਤੀ ਕੀਤੀ ਹੈ ਜਿਸ ਨੇ ਵੀ ਕੌਮੀ ਇਨਸਾਫ ਮੋਰਚੇ ਲਈ ਮੋਰਚੇ ਲਈ ਸਿਰਫ ਤੇ ਸਿਰਫ ਮਾਇਆ ਦੇਣੀ ਹੈ ਉਹਦੀ ਰਸੀਦ ਲੈਣੀ ਹੈ ਨਾਲ ਦੀ ਨਾਲ ਕਿਉਂਕਿ ਇਹ ਮਾਇਆ ਦਾ ਹਿਸਾਬ ਕਿਤਾਬ ਪਾਰਦਰਸ਼ੀ ਰੱਖਿਆ ਗਿਆ। ਇੱਕ ਇੱਕ ਨਵੇਂ ਪੈਸੇ ਦਾ ਹਿਸਾਬ ਹੈ ਕਿਥੋਂ ਮਾਇਆ ਆ ਰਹੀ ਹੈ ਕਿੱਥੇ ਖਰਚ ਹੋ ਰਹੀ ਹੈ। ਸੋ ਸੰਗਤ ਜੀ ਬੇਨਤੀ ਹੈ ਇਸ ਬੇਨਤੀ ਨੂੰ ਜ਼ਰੂਰ ਧਿਆਨ ਚ ਰੱਖਣਾ। ਨਿੱਜੀ ਤੌਰ ਤੇ ਕਿਸੇ ਨੂੰ ਮਾਇਆ ਨਾ ਦਿੱਤੀ ਜਾਵੇ। ਸੋ ਇਹ ਨਹੀਂ ਬੇਨਤੀਆਂ ਪ੍ਰਵਾਨ ਕਰਦਣਾ ਜੀ। ਹੁਣ ਅਸੀਂ ਜੈਕਾਰਿਆਂ ਦੇ ਰੂਪ ਵਿੱਚ ਜਥੇ ਨੂੰ ਰਵਾਨਗੀ ਦੇਣੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ ਸੋ ਮੇਰੀ ਬਾਕੀ ਜਿਹੜੀ ਸੰਗਤ ਬਾਹਰ ਹੈ ਉਹਨਾਂ ਨੂੰ ਬੇਨਤੀ ਹੈ ਕਿ ਉਹ ਕਿਰਪਾ ਕਰਕੇ ਰੁਕ ਜਾਣ ਜੱਥੇ